ਟੋਇਟਾ ਦੀ ਫੋਰਚੂਨਰ ਵਿੱਚ ਐਸਾ ਕੀ ਹੈ ਕਿ ਆਮ ਲੋਕਾਂ ਤੋਂ ਲੈ ਕੇ ਵੱਡੇ ਵੱਡੇ ਸੈਲੀਬ੍ਰਿਟੀ ਦੇ ਨੇਤਾ ਵੀ ਇਸ ਗੱਡੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ? ਕਿਵੇਂ ਫੋਰਚੂਨਰ ਕਾਰ ਤੋਂ ਇੰਡੀਆ ਦੀ ਸਰਕਾਰ ਆਪਣੀਆਂ ਜੇਬਾਂ ਭਰ ਰਹੀ ਹੈ? ਇਹਨਾਂ ਸਵਾਲਾਂ ਦਾ ਤੇ ਜਵਾਬ ਇਸ ਵੀਡੀਓ ਵਿੱਚ ਦੇਵਾਂਗੇ, ਸੋ ਜੁੜੇ ਰਹਿਣਾ ਆਖਿਰ ਤੱਕ। ਸਾਲ 2009 ਜਦ ਪਹਿਲੀ ਵਾਰੀ ਟੋਇਟਾ ਕੰਪਨੀ ਨੇ ਫੋਰਚੂਨਰ ਕਾਰ ਨੂੰ ਇੰਡੀਆ ਵਿੱਚ ਲਾਂਚ ਕੀਤਾ ਸੀ ਤਾਂ ਉਸ ਸਮੇਂ ਇਸ ਦੀ ਕੀਮਤ 20 ਲੱਖ ਸੀ, ਜਿਹੜੀ ਕਿ ਅੱਜ ਵੱਧ ਕੇ 50 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ। ਯਾਨੀ ਕਿ 15 ਸਾਲਾਂ ਵਿੱਚ ਹੀ ਇਸ ਦੀ ਕੀਮਤ ਦੇ ਵਿੱਚ 2.5 ਗੁਣਾ ਵਾਧਾ ਹੋਇਆ ਹੈ। ਜਦਕਿ ਮਹਿੰਦਰਾ ਦੀ ਸਕੋਰਪੀਓ, ਜੋ ਕਿ ਇੰਡੀਆ ਦੀਆਂ ਮੋਸਟ ਪਾਪੂਲਰ ਕਾਰਾਂ ਵਿੱਚੋਂ ਇੱਕ ਹੈ, ਉਸ ਦੀ ਕੀਮਤ ਆਪਣੀ ਸ਼ੁਰੂਆਤੀ ਕੀਮਤ ਨਾਲੋਂ ਹੁਣ ਤੱਕ ਡਬਲ ਵੀ ਨਹੀਂ ਹੋਈ। ਇਹ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਇੰਡੀਆ ਵਰਗੀ ਕੰਟਰੀ ਵਿੱਚ ਹਰ ਕੋਈ ਵਧੀਆ ਐਵਰੇਜ ਵਾਲੀ ਗੱਡੀ ਲੈਣਾ ਪਸੰਦ ਕਰਦਾ ਹੈ, ਫਿਰ ਫੋਰਚੂਨਰ ਕਿਵੇਂ ਇੰਡੀਅਨਸ ਦੀ ਪਸੰਦ ਬਣ ਗਈ ਹੈ ਤੇ ਲੋਕੀ ਫੋਰਚੂਨਰ ਖਰੀਦਣ ਦਾ ਸੁਪਨਾ ਕਿਉਂ ਲੈਂਦੇ ਨੇ? ਜਦਕਿ ਫੋਰਚੂਨਰ ਦੇ ਵਿੱਚ ਨਾ ਤਾਂ ਬਹੁਤਾ ਐਕਸਟਰਾ ਐਡਵਾਂਸ ਫੀਚਰਸ ਨੇ ਤੇ ਐਕਸਪਰਟਸ ਵੀ ਇਸ ਨੂੰ ਓਵਰ ਪ੍ਰਾਈਜ਼ਡ ਕਾਰ ਦੱਸਦੇ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਸਾਨੂੰ ਟੋਇਟਾ ਦੀ ਹਿਸਟਰੀ ਨੂੰ ਜਾਣਨਾ ਪਵੇਗਾ। ਫੋਰਚੂਨਰ ਕਾਰ ਨੂੰ ਵੀ ਟੋਇਟਾ ਕੰਪਨੀ ਬਣਾਉਂਦੀ ਹੈ, ਜੋ ਕਿ ਇੱਕ ਜਾਪਾਨੀ ਕੰਪਨੀ ਹੈ। ਫੋਰਚੂਨਰ ਕਾਰ ਨੂੰ ਟੋਇਟਾ ਕੰਪਨੀ ਨੇ ਸਭ ਤੋਂ ਪਹਿਲਾਂ 2004 ਵਿੱਚ ਥਾਈਲੈਂਡ ਵਿੱਚ ਲਾਂਚ ਕੀਤਾ ਸੀ। ਫੋਰਚੂਨਰ ਨੂੰ ਸਭ ਤੋਂ ਪਹਿਲਾਂ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਤੇ ਕੋਲੰਬੀਆ ਦੇ ਵਿੱਚ ਲਾਂਚ ਕੀਤਾ ਗਿਆ ਸੀ, ਪਰ ਫੋਰਚੂਨਰ ਦੀ ਕਿਸਮਤ ਉਦੋਂ ਬਦਲੀ ਜਦ ਉਸ ਨੂੰ ਅਗਸਤ 2009 ਦੇ ਵਿੱਚ ਇੰਡੀਆ ਵਿੱਚ ਲਾਂਚ ਕੀਤਾ ਗਿਆ। ਉਸ ਸਮੇਂ ਇੰਡੀਅਨ ਮਾਰਕੀਟ ਵਿੱਚ ਵੱਡੀਆਂ SUV ਕਾਰਾਂ ਦੀ ਮੰਗ ਕਾਫੀ ਜ਼ਿਆਦਾ ਘੱਟ ਸੀ, ਇਸ ਲਈ ਉਸ ਸਮੇਂ ਟੋਇਟਾ ਨੇ ਹਰ ਮਹੀਨੇ ਸਿਰਫ 500 ਗੱਡੀਆਂ ਦੀ ਮੈਨੂਫੈਕਚਰਿੰਗ ਦਾ ਟਾਰਗੇਟ ਬਣਾਇਆ। ਪਰ ਇੱਥੇ ਕੰਪਨੀ ਦੀ ਸੋਚ ਤੋਂ ਬਿਲਕੁਲ ਉਲਟ, ਪਹਿਲੇ 6 ਮਹੀਨੇ ਵਿੱਚ ਹੀ 3800 ਫੋਰਚੂਨਰ ਵਿਕ ਗਈਆਂ ਤੇ ਟੋਇਟਾ ਨੇ ਫੋਰਚੂਨਰ ਦੀ ਇਸ ਵਿਕਰੀ ਦੇ ਦਮ ਤੇ ਪਹਿਲੇ 6 ਮਹੀਨਿਆਂ ਵਿੱਚ ਹੀ ਇੰਡੀਆ ਦੀ ਲਾਰਜ SUV ਸੈਗਮੈਂਟ ਦੇ 65% ਤੇ ਕਬਜ਼ਾ ਕਰ ਲਿਆ। ਤੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਫੋਰਚੂਨਰ ਦਾ ਇਸ ਸੈਗਮੈਂਟ ਵਿੱਚ ਸ਼ੇਅਰ 85% ਤੱਕ ਪਹੁੰਚ ਚੁੱਕਾ ਹੈ ਤੇ ਇਸ ਗੱਡੀ ਦੇ ਨੇੜੇ ਤੇੜੇ ਕੋਈ ਦੂਜੀ ਕਾਰ ਵੀ ਨਹੀਂ ਹੈ। ਇੱਕ ਟਾਈਮ ਤਾਂ ਇੱਦਾਂ ਦਾ ਵੀ ਆ ਗਿਆ ਸੀ ਕਿ ਕੰਪਨੀ ਨੂੰ ਫੋਰਚੂਨਰ ਦੀ ਬੁਕਿੰਗ ਵੀ ਕੁਝ ਟਾਈਮ ਲਈ ਬੰਦ ਕਰਨੀ ਪੈ ਗਈ ਸੀ। ਫੋਰਚੂਨਰ ਤੋਂ ਪਹਿਲਾਂ ਫੋਰਡ ਇੰਡੈਵਰ ਤੇ ਮਿਚੂਬਿਸ਼ੀ ਦੀ ਪਜੈਰੋ ਬਹੁਤ ਚੱਲਦੀਆਂ ਸੀ, ਪਰ ਇਸ ਗੱਡੀ ਦੇ ਮਾਰਕੀਟ ਵਿੱਚ ਆਉਣ ਨਾਲ ਇਹਨਾਂ ਦੋਵਾਂ ਦੀ ਸੇਲ ਵੀ ਬੜੀ ਤੇਜ਼ੀ ਨਾਲ ਥੱਲੇ ਨੂੰ ਡਿੱਗ ਪਈ ਤੇ ਸਮਾਂ ਇੱਦਾਂ ਦਾ ਵੀ ਆਇਆ ਕਿ ਇਹ ਦੋਵੇਂ ਕੰਪਨੀਆਂ ਮਿਲ ਕੇ ਵੀ ਮਹੀਨੇ ਦੀਆਂ 100 ਕਾਰਾਂ ਵੀ ਮੁਸ਼ਕਲ ਨਾਲ ਹੀ ਵੇਚ ਪਾਉਂਦੀਆਂ ਸੀ। ਉੱਥੇ ਹੀ ਹੁਣ ਫੋਰਚੂਨਰ 3500 ਤੋਂ 4000 ਮਹੀਨੇ ਦੀਆਂ ਵਿਕ ਰਹੀਆਂ ਨੇ। ਟੋਇਟਾ ਨੇ ਫੋਰਚੂਨਰ ਨੂੰ ਇੱਦਾਂ ਬਣਾਇਆ ਹੈ ਕਿ ਜੋ ਅੰਡਰ ਡਿਵੈਲਪ ਜਾਂ ਡਿਵੈਲਪਿੰਗ ਕੰਟਰੀਜ਼ ਨੇ ਜਿਵੇਂ ਕਿ ਇੰਡੀਆ, ਜਿੱਥੇ ਸਾਰੀਆਂ ਸੜਕਾਂ ਵਧੀਆ ਨਹੀਂ ਹੁੰਦੀਆਂ, ਉੱਥੇ ਵੀ ਇਹ ਕਾਰ ਵਧੀਆ ਤਰੀਕੇ ਨਾਲ ਚੱਲਦੀ ਹੈ, ਆਰਾਮਦਾਇਕ ਹੈ ਤੇ ਰਿਪੇਅਰ ਵੀ ਘੱਟ ਨਿਕਲਦੀ ਹੈ। ਪਰ ਫੋਰਚੂਨਰ ਦੇ ਕਾਮਯਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਸੀ ਇਸ ਦਾ ਇੰਜਨ। ਟੋਇਟਾ ਕੰਪਨੀ ਨੇ ਜਿਹੜੀ ਪਹਿਲੀ ਫੋਰਚੂਨਰ ਇੰਡੀਆ ਵਿੱਚ ਲਾਂਚ ਕੀਤੀ ਸੀ ਉਸ ਦੇ ਵਿੱਚ 3 ਲੀਟਰ ਦਾ ਟਰਬੋ ਡੀਜ਼ਲ ਇੰਜਨ ਸੀ ਤੇ ਇਹੀ ਇੰਜਨ ਇੰਡੀਆ ਵਿੱਚ ਇਸ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਵੀ ਬਣਿਆ। ਅੱਜ ਦੇ ਟਾਈਮ 'ਚ ਟੋਇਟਾ ਨੇ ਫੋਰਚੂਨਰ ਦੇ ਇੰਜਨ ਨੂੰ ਹੋਰ ਵੀ ਅਪਗ੍ਰੇਡ ਤੇ ਰਿਫਾਈਂਡ ਕਰ ਦਿੱਤਾ ਹੈ, ਜਿਸ ਨਾਲ ਇਸ ਦੀ ਪਾਵਰ ਵੀ ਨੈਕਸਟ ਲੈਵਲ ਤੇ ਪਹੁੰਚ ਗਈ ਹੈ। ਤੇ ਫੋਰਚੂਨਰ ਦੀ ਕਾਮਯਾਬੀ ਦਾ ਦੂਜਾ ਵੱਡਾ ਕਾਰਨ ਹੈ ਇਸ ਦੇ ਲੁੱਕਸ। ਜਦ ਵੀ ਆਪਾਂ ਫੋਰਚੂਨਰ ਨੂੰ ਰੋਡ ਤੇ ਦੇਖਦੇ ਹਾਂ ਤਾਂ ਬਾਕੀ ਗੱਡੀਆਂ ਦੇ ਮੁਕਾਬਲੇ ਇਹ ਖਿੱਚ ਦਾ ਕਾਰਨ ਬਣਦੀ ਹੀ ਹੈ, ਮਤਲਬ ਰੋਡ ਪ੍ਰੈਜੈਂਸ ਵੀ ਨੈਕਸਟ ਲੈਵਲ ਦੀ ਹੈ ਫੋਰਚੂਨਰ ਦੀ। ਇੰਡੀਆ ਵਿੱਚ ਫੋਰਚੂਨਰ ਦੀ ਕੀਮਤ ਦੂਜੇ ਦੇਸ਼ਾਂ ਨਾਲੋਂ 10 ਤੋਂ 15 ਲੱਖ ਰੁਪਏ ਜ਼ਿਆਦਾ ਹੈ, ਫਿਰ ਵੀ ਇੰਡੀਆ 'ਚ ਲੋਕ ਇਸ ਨੂੰ ਖਰੀਦਣਾ ਪਸੰਦ ਕਰਦੇ ਨੇ। ਟੋਇਟਾ ਫੋਰਚੂਨਰ ਆਫ ਰੋਡਿੰਗ ਕਰਨ ਲਈ ਵੀ ਬੈਸਟ ਕਾਰ ਹੈ, ਇੱਦਾਂ ਦੀ ਕਾਰ ਜੋ ਡੇਲੀ ਲਾਈਫ ਵਿੱਚ ਵੀ ਵਰਤੀ ਜਾ ਸਕੇ ਅਤੇ ਆਫ ਰੋਡਿੰਗ ਲਈ ਵੀ। ਇੱਦਾਂ ਦੇ ਫੀਚਰ ਕਿਸੇ ਹੋਰ SUV ਵਿੱਚ ਮੁਸ਼ਕਲ ਹੀ ਮਿਲਦੇ ਨੇ। ਫੋਰਡ ਅਤੇ ਮਿਤਸੂਬਿਸ਼ੀ ਵਰਗੀਆਂ ਕੰਪਨੀਆਂ ਗੱਡੀਆਂ ਵੇਚ ਕੇ ਬਾਅਦ 'ਚੋਂ ਸਰਵਿਸ ਵਧੀਆ ਨਹੀਂ ਦੇ ਪਾਉਂਦੀਆਂ ਸੀ, ਪਰ ਟੋਇਟਾ ਨੇ ਫੋਰਚੂਨਰ ਤੋਂ ਪਹਿਲਾਂ ਇੰਡੀਆ 'ਚ ਇਨੋਵਾ ਨੂੰ ਲਾਂਚ ਕਰਕੇ ਵਧੀਆ ਸਰਵਿਸ ਦੇ ਕੇ ਲੋਕਾਂ ਦਾ ਪਹਿਲਾਂ ਭਰੋਸਾ ਜਿੱਤਿਆ ਅਤੇ ਇਹੀ ਟਰੱਸਟ ਫੋਰਚੂਨਰ ਦੀ ਸੇਲ ਵਧਾਉਣ ਵਿੱਚ ਵੀ ਮਦਦਗਾਰ ਸਾਬਿਤ ਹੋਇਆ। ਵੈਸਟਰਨ ਕੰਟਰੀਜ਼ ਦੇ ਉਲਟ ਇੰਡੀਆ 'ਚ ਅੱਜ ਵੀ ਜੁਆਇੰਟ ਫੈਮਿਲੀਜ਼ ਨੇ ਜੋ ਘੁੰਮਣ ਜਾਂ ਰਿਸ਼ਤੇਦਾਰੀਆਂ ਵਿੱਚ ਵੀ ਇਕੱਠਿਆਂ ਜਾਣਾ ਪਸੰਦ ਕਰਦੇ ਨੇ ਅਤੇ ਜ਼ਿਆਦਾ ਸਵਾਰੀਆਂ ਉਹ ਵੀ ਜ਼ਿਆਦਾ ਸਮਾਨ ਸਮੇਤ ਕਿਤੇ ਜਾਣ ਲਈ ਫੋਰਚੂਨਰ ਦਾ ਕੋਈ ਜਵਾਬ ਨਹੀਂ। ਇੱਥੋਂ ਤੱਕ ਕਿ ਸੈਕਿੰਡ ਹੈਂਡ ਫੋਰਚੂਨਰ ਦੀ ਵੀ ਮਾਰਕੀਟ 'ਚ ਬਹੁਤ ਵਧੀਆ ਕੀਮਤ ਮਿਲਦੀ ਹੈ, ਪਰ ਕੀ 50 ਲੱਖ ਕੀਮਤ ਕੁਝ ਜ਼ਿਆਦਾ ਨਹੀਂ ਹੈ? ਆਪਾਂ ਹੁਣ ਇਸ ਦੀ ਜ਼ਿਆਦਾ ਕੀਮਤ ਦੇ ਕਾਰਨਾਂ ਬਾਰੇ ਵੀ ਸਮਝਾਂਗੇ। ਜਦੋਂ ਵੀ ਕਿਸੇ ਕੰਪਨੀ ਦਾ ਕੋਈ ਪ੍ਰੋਡਕਟ ਸਫਲ ਹੋ ਜਾਂਦਾ ਹੈ ਅਤੇ ਕਾਫੀ ਪੈਸੇ ਬਣਾਉਣ ਲੱਗ ਜਾਂਦਾ ਹੈ ਤਾਂ ਕੰਪਨੀ ਆਪਣਾ ਸਾਰਾ ਫੋਕਸ ਉਸ ਪ੍ਰੋਡਕਟ ਉੱਪਰ ਲਾ ਦਿੰਦੀ ਹੈ। ਟੋਇਟਾ ਦੇ ਕੇਸ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਕਿ ਜਦ ਫੋਰਚੂਨਰ ਹਾਈ ਡਿਮਾਂਡ ਤੇ ਹਾਈ ਵੈਲਿਊ ਤੇ ਵਿਕ ਰਹੀ ਹੈ ਤਾਂ ਟੋਇਟਾ ਆਪਣੇ ਸਾਰਾ ਧਿਆਨ ਫੋਰਚੂਨ ਉੱਪਰ ਲਾ ਦਿੱਤਾ ਤੇ ਇਹ ਸਭ ਕਰਨ ਲਈ ਬਹੁਤ ਸਾਰੇ ਰਿਸੋਰਸਿਸ ਲੱਗਦੇ ਨੇ। ਇਸੇ ਕਰਕੇ ਟੋਇਟਾ ਕੰਪਨੀ ਫੋਰਚੂਨਰ ਦੇ ਰੇਟ ਵਧਾਈ ਜਾ ਰਹੀ ਹੈ। ਇਸ ਗੱਡੀ
ਕੰਪਨੀ ਦਾ ਰੇਟ ਵਧਣ ਦਾ ਬਹੁਤ ਵੱਡਾ ਕਾਰਨ ਕਰੋਨਾ ਵੀ ਹੈ, ਕਿਉਂਕਿ ਉਸ ਸਮੇਂ ਕੰਪਨੀ ਦਾ ਸ਼ੇਅਰ ਅਤੇ ਪ੍ਰੋਫਿਟ ਬਹੁਤ ਜ਼ਿਆਦਾ ਡਾਊਨ ਹੋ ਗਿਆ ਸੀ ਅਤੇ ਇਸ ਦੀ ਭਰਪਾਈ ਕਰਨ ਲਈ ਟੋਇਟਾ ਨੇ ਕੋਵਿਡ ਤੋਂ ਬਾਅਦ ਫਾਰਚੂਨਰ ਦਾ ਰੇਟ ਕਾਫ਼ੀ ਜ਼ਿਆਦਾ ਵਧਾ ਦਿੱਤਾ ਸੀ। ਵੈਸੇ ਤਾਂ ਸਾਰੀਆਂ ਕੰਪਨੀਆਂ ਨੇ ਆਪਣੀਆਂ ਕਾਰਾਂ ਦੇ ਰੇਟ ਵਧਾਏ, ਪਰ ਫਾਰਚੂਨਰ ਦਾ ਕੁਝ ਜ਼ਿਆਦਾ ਹੀ ਵਧਾ ਦਿੱਤਾ ਗਿਆ। ਅਤੇ ਹੁਣ ਜੇ ਤੁਸੀਂ ਸੋਚ ਰਹੇ ਹੋ ਕਿ ਫਾਰਚੂਨਰ ਨੂੰ ਵੇਚ ਕੇ ਸਭ ਤੋਂ ਵੱਧ ਪ੍ਰੋਫਿਟ ਜਪਾਨੀ ਕੰਪਨੀ ਟੋਇਟਾ ਕਮਾ ਰਹੀ ਹੈ, ਤਾਂ ਇੱਥੇ ਤੁਸੀਂ ਗਲਤ ਹੋ। ਇੰਡੀਆ ਵਿੱਚ ਵਿਕਣ ਵਾਲੀ ਫਾਰਚੂਨਰ ਤੋਂ ਸਭ ਤੋਂ ਵੱਧ ਮੁਨਾਫਾ ਕਮਾਉਂਦੀ ਹੈ ਇੰਡੀਆ ਦੀ ਸਰਕਾਰ। ਹਾਂਜੀ, ਤੁਸੀਂ ਬਿਲਕੁਲ ਸਹੀ ਸੁਣਿਆ। ਇਸ ਦਾ ਕਾਰਨ ਵੀ ਐਕਸਪਲੇਨ ਕਰਦੇ ਹਾਂ, ਕਿਉਂਕਿ ਇੱਕ ਲਗਜ਼ਰੀ ਪ੍ਰੋਡਕਟ ਹੋਣ ਕਰਕੇ ਇਸ ਕਾਰਨ ਉੱਪਰ 28% GST ਲੱਗਦੀ ਹੈ, ਮਤਲਬ ਕਿ 50 ਲੱਖ ਦੀ ਫਾਰਚੂਨਰ ਉੱਪਰ ਲੱਗੇ ਬੰਨੇ 14 ਲੱਖ ਤਾਂ ਸਿਰਫ GST ਬਣ ਜਾਂਦੀ ਹੈ। ਇਸ ਤੋਂ ਬਾਅਦ ਰਜਿਸਟ੍ਰੇਸ਼ਨ, ਗ੍ਰੀਨ ਸੈਲਸ, ਇੰਸ਼ੋਰੈਂਸ, ਐਕਸਟੈਂਡਿਡ ਵਾਰੰਟੀ ਅਤੇ ਲੋਜਿਸਟਿਕ ਚਾਰਜਿਸ ਦੇ ਨਾਮ ਉੱਤੇ ਇੰਡੀਅਨ ਗੌਰਮੈਂਟ ਹੋਰ ਵਸੂਲੀ ਕਰਦੀ ਹੈ, ਅਤੇ ਇਹ ਸਭ ਮਿਲਾ ਕੇ ਫਾਰਚੂਨਰ ਤੋਂ ਭਾਰਤ ਸਰਕਾਰ ਆਲਮੋਸਟ 18 ਲੱਖ ਰੁਪਏ ਤੱਕ ਕਮਾਉਂਦੀ ਹੈ, ਜਦਕਿ ਡੀਲਰ ਨੂੰ ਇੱਕ ਫਾਰਚੂਨਰ ਵੇਚਣ 'ਤੇ 1 ਤੋਂ 1.5 ਲੱਖ ਦੀ ਕਮਾਈ ਹੁੰਦੀ ਹੈ, ਅਤੇ ਟੋਇਟਾ ਕੋਲ ਵੀ ਠੀਕ ਠਾਕ ਹੀ ਪ੍ਰੋਫਿਟ ਪਹੁੰਚਦਾ ਹੈ। ਉਮੀਦ ਕਰਦੇ ਹਾਂ ਕਿ ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਫਾਰਚੂਨਰ ਇੰਨੀ ਮਹਿੰਗੀ ਕਿਉਂ ਹੈ ਅਤੇ ਕਿਵੇਂ ਇਸ ਦੀ ਵਿਕਰੀ ਤੋਂ ਸਰਕਾਰ ਵੀ ਕਮਾਉਂਦੀ ਹੈ। ਤੁਹਾਨੂੰ ਇਹ ਵੀਡੀਓ 'ਚ ਕਿਵੇਂ ਲੱਗੀ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।